ਅਕਾਲੀ ਦਲ ਮੇਰਾ ਖਿਆਲ ਹੈ ਜਿਸ ਤਰੀਕੇ ਦੇ ਨਾਲ ਡਿਕਲਾਈਨ ਹੋ ਰਿਹਾ ਉਹਨੂੰ ਏਡੀ ਵੱਡੀ ਉਮੀਦ ਰੱਖਣੀ ਨਹੀਂ ਚਾਹੀਦੀ। ਕਾਂਗਰਸ ਦੀ ਜਿੱਤ ਹੈ ਜੀ, ਐਲਾਨ ਹੋਣਾ ਬਾਕੀ ਆ, ਬਹੁਤ ਵਧੀਆ, ਬਹੁਤ ਜੋਸ਼ ਆ, ਹਰ ਵਰਕਰ ਦੇ ਵਿੱਚ ਬਹੁਤ ਜੋਸ਼ ਹੈ। ਇਹ ਪਿਆਰ ਹੈ, ਇਹ ਮੁਹੱਬਤ ਹੈ ਔਰ ਇਹ ਆਉਣ ਵਾਲੇ ਦਿਨਾਂ ਦੀ ਨਿਸ਼ਾਨੀ ਹੈ 4 ਤਰੀਕ ਦੀ। ਪੰਜਾਬ 'ਚ 13 ਦੀ 13 ਸੀਟਾਂ ਜਿਹੜੀ ਕਾਂਗਰਸ ਜਿੱਤਣ ਜਾ ਰਹੀ ਹੈ, ਰਾਹੁਲ ਗਾਂਧੀ ਜੀ ਆਉਣ ਵਾਲੇ ਸਾਡੇ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ। ਮੈਂ ਸ਼ੁਭ ਕਾਮਨਾਵਾਂ ਦਿੰਦਾ ਤਿੰਨਾਂ ਨੂੰ। ਅੰਮ੍ਰਿਤਸਰ ਦੀ ਗੰਭੀਰਤਾ ਨੂੰ ਸਮਝੋ, ਸੱਚੀ ਸੁੱਚੀ ਰਾਜਨੀਤੀ ਕਰੋ। ਸਿੱਧੂ ਸਾਹਿਬ, ਮੇਰਾ ਖਿਆਲ ਹੈ ਕਿ 2 ਦਿਨ ਦੇ ਵਿੱਚ ਤੁਹਾਡੇ ਕੋਲੋਂ। ਸਾਂਸਦ ਗੁਰਜੀਤ ਸਿੰਘ ਔਜਲਾ ਅੱਜ ਨਾਮਜ਼ਦਗੀ ਪੱਤਰ ਭਰਨ ਜਾ ਰਹੇ ਨੇ ਅਤੇ ਇਸ ਵੇਲੇ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰੀਕੇ ਦਾ ਇੱਕ ਵੱਡਾ ਰੋਡ ਸ਼ੋਅ ਜਿਹੜਾ ਇੱਥੇ ਕੱਢਿਆ ਜਾ ਰਿਹਾ ਹੈ, ਜਿਹਦੇ ਵਿੱਚ ਕਿ ਸਮੁੱਚੀ ਕਾਂਗਰਸ ਜਿਹੜੀ ਇਸ ਵੇਲੇ ਸ਼ਾਮਿਲ ਹੋ ਰਹੀ। ਤਸਵੀਰਾਂ ਤੁਸੀਂ ਵੇਖ ਸਕਦੇ ਹੋ ਆਪਣੀ ਟੀਵੀ ਸਕਰੀਨ ਦੇ ਉੱਤੇ ਕਿ ਕਿਸ ਤਰੀਕੇ ਦੇ ਨਾਲ ਇਸ ਵੇਲੇ ਲੋਕਾਂ ਦਾ ਜਿਹੜਾ ਹਜੂਮ ਹੈ ਉਹ ਇੱਥੇ ਆਇਆ ਹੈ, ਤਾਂ ਢੋਲ ਦੀ ਥਾਪ ਦੇ ਨਾਲ ਇਸ ਵੇਲੇ ਜਿਹੜਾ ਹੈ ਉਹ ਲੋਕ ਜਿਹੜੇ ਨੇ ਅੱਗੇ ਵੱਧ ਰਹੇ ਨੇ। ਤਾਂ ਗੁਰਜੀਤ ਸਿੰਘ ਔਜਲਾ ਇਸ ਵੇਲੇ ਆਪਣੇ ਨਾਮਜ਼ਦਗੀ ਪੱਤਰ ਭਰਨ ਜਾ ਰਹੇ ਨੇ, ਤਾਂ ਉਸ ਦੀ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਕਿ ਸਮੁੱਚੀ ਕਾਂਗਰਸ ਤੁਸੀਂ ਦੇਖ ਸਕਦੇ ਹੋ ਆਪਣੀ ਟੀਵੀ ਸਕਰੀਨ ਦੇ ਉੱਤੇ ਕਿ ਕਿਸ ਤਰੀਕੇ ਦੇ ਨਾਲ ਓਮ ਪ੍ਰਕਾਸ਼ ਸੋਨੀ ਉਹਨਾਂ ਦੇ ਨਾਲ ਨੇ, ਡਾਕਟਰ ਰਾਜ ਕੁਮਾਰ ਵੇਰਕਾ, ਇੰਦਰਵੀਰ ਸਿੰਘ ਬੁਲਾਰੀਆ ਅਤੇ ਹੋਰ ਜਿਹੜੇ ਆਗੂ ਨੇ ਉਹ ਉਹਨਾਂ ਨਾਲ ਮੌਜੂਦ ਨੇ ਅਤੇ ਕਿਸ ਤਰੀਕੇ ਦੇ ਨਾਲ ਇੱਥੇ ਜਿਹੜਾ ਤੁਸੀਂ ਵੇਖੋ ਢੋਲ ਵਜਾ ਕੇ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ। ਤਾਂ ਤੁਹਾਨੂੰ ਦੱਸਣਾ ਚਾਹਾਂਗੇ ਇਸ ਵੇਲੇ ਜਿਹੜਾ ਸਭ ਤੋਂ ਇੰਪੋਰਟੈਂਟ ਹੈ ਉਹ ਸਾਂਸਦ ਗੁਰਜੀਤ ਸਿੰਘ ਔਜਲਾ ਇੱਕ ਮੇਨ ਪਲੇਅਰ ਦੇ ਤੌਰ ਦੇ ਉੱਤੇ ਮੰਨੇ ਜਾ ਰਹੇ ਨੇ, ਤਾਂ ਉਸ ਦੇ ਵਿੱਚ ਜਿਹੜਾ ਹੈ ਇਸ ਵੇਲੇ ਤੁਸੀਂ ਟੀਵੀ ਸਕਰੀਨ 'ਤੇ ਵੇਖੋਗੇ ਕਿਸ ਤਰੀਕੇ ਦੇ ਨਾਲ ਇੱਕ ਵੱਡਾ ਰੋਡ ਸ਼ੋਅ ਜਿਹੜਾ ਕਾਂਗਰਸ ਪਾਰਟੀ ਵੱਲੋਂ ਕੱਢਿਆ ਜਾ ਰਿਹਾ ਹੈ ਅਤੇ ਉਸ ਦੇ ਵਿੱਚ ਜਿਹੜਾ ਹੈ ਇੱਥੇ ਲੋਕ ਆ ਰਹੇ ਨੇ, ਤਾਂ ਉੱਥੇ ਜਿਹੜਾ ਹੈ ਇੱਥੇ ਫੁੱਲਾਂ ਦੀ ਵਰਖਾ ਵੀ ਕੀਤੀ ਜਾਣੀ ਹੈ, ਉਹਦੀ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਹਾਂ। ਤਾਂ ਕਿਸ ਤਰੀਕੇ ਦੇ ਨਾਲ ਇੱਥੇ ਤੁਸੀਂ ਵੇਖੋ ਕਿ ਸਾਂਸਦ ਗੁਰਜੀਤ ਸਿੰਘ ਔਜਲਾ ਦਾ ਸਵਾਗਤ ਕੀਤਾ ਜਾ ਰਿਹਾ ਹੈ, ਤਾਂ ਇਸ ਵੇਲੇ ਇੱਥੇ ਦੇਖੋ ਕਿਸ ਤਰੀਕੇ ਦੇ ਨਾਲ ਜਿਹੜੇ ਲੋਕ ਆਏ ਨੇ ਉਹ ਵੀ ਇੱਥੇ ਮੌਜੂਦ ਨੇ ਔਰ ਖਾਸ ਕਰਕੇ ਲੋਕਾਂ ਦੇ ਵਿੱਚ ਜੋਸ਼ ਕਿਸ ਤਰੀਕੇ ਦਾ ਹੈ ਉਹਦੀ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਕਿ ਫੁੱਲਾਂ ਦੀ ਵਰਖਾ ਜਿਹੜੀ ਹੈ ਕੀਤੀ ਜਾ ਰਹੀ ਹੈ ਔਰ ਤਾਂ ਉਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਥੇ ਇੱਕ ਵੱਡਾ ਰੋਡ ਸ਼ੋਅ ਕੱਢਿਆ ਜਾ ਰਿਹਾ ਹੈ ਔਰ ਉਸ ਰੋਡ ਸ਼ੋਅ ਦੀ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ ਦੂਰ ਦੂਰ ਤੱਕ ਇਸ ਵੇਲੇ ਇਸ ਵੇਲੇ ਤੁਹਾਨੂੰ ਕਾਂਗਰਸ ਦੇ ਝੰਡੇ ਨਜ਼ਰ ਆਉਣਗੇ ਔਰ ਖਾਸ ਕਰਕੇ ਜਿਹੜਾ ਇਸ ਵੇਲੇ ਤੁਸੀਂ ਦੇਖੋ ਕਿ ਸਭ ਤੋਂ ਵੱਡਾ ਜਿਹੜਾ ਇਸ ਵੇਲੇ ਜੋ ਕੈਂਡੀਡੇਟ ਹੈ ਉਹ ਉਸ ਵੇਲੇ ਗੁਰਜੀਤ ਔਜਲਾ ਮੰਨੇ ਜਾ ਰਹੇ ਨੇ ਔਰ ਉਸ ਵੇਲੇ ਕਿਸ ਤਰੀਕੇ ਦੇ ਨਾਲ ਫੁੱਲਾਂ ਦੀ ਵਰਖਾ ਜਿਹੜੀ ਉਹਨਾਂ 'ਤੇ ਕੀਤੀ ਜਾ ਰਹੀ ਹੈ ਔਰ ਉਸ ਫੁੱਲਾਂ ਦੀ ਵਰਖਾ ਦੀ ਤੁਹਾਨੂੰ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਹਾਂ। ਅੰਮ੍ਰਿਤਸਰ ਤੋਂ ਸਾਂਸਦ ਗੁਰਜੀਤ ਸਿੰਘ ਔਜਲਾ ਅੱਜ ਆਪਣੇ ਨਾਮਾਂਕਣ ਪੱਤਰ ਭਰ ਰਹੇ ਨੇ ਅਤੇ ਉਸ ਵੇਲੇ ਸੰਗਤ ਦੇ ਵਿੱਚ ਜੋਸ਼ ਤੁਸੀਂ ਦੂਰ ਦੇਖੋ, ਹਰ ਪਾਸੇ ਤੁਹਾਨੂੰ ਝੰਡੇ ਹੀ ਨਜ਼ਰ ਆਉਣਗੇ ਕਾਂਗਰਸ ਦੇ ਝੰਡਿਆਂ ਦੇ ਵਿੱਚ ਜਿਹੜਾ ਹੈ ਇਸ ਵੇਲੇ ਲੋਕ ਨਾਅਰੇ ਲਗਾ ਰਹੇ ਨਜ਼ਰ ਆ। ਤਸਵੀਰ ਤੁਹਾਨੂੰ ਦਿਖਾ ਰਿਹਾ ਰੋਡ ਸ਼ੋਅ ਤੋਂ, ਹੁਣ ਜਿਹੜਾ ਪੈਦਲ ਇਸ ਵੇਲੇ ਸੜਕਾਂ 'ਤੇ ਤੁਸੀਂ ਵੇਖੋ ਇਸ ਵੇਲੇ ਉਤਰਦੇ ਹੋਏ ਨਜ਼ਰ ਆ ਰਹੇ ਨੇ, ਤਾਂ ਪੁਰਾਣੇ ਲੀਡਰਾਂ ਦਾ ਆਸ਼ੀਰਵਾਦ ਲੈਣ ਵਾਸਤੇ ਗੁਰਜੀਤ ਔਜਲਾ ਇਸ ਵੇਲੇ ਪਹੁੰਚੇ ਨੇ। ਤੁਸੀਂ ਫੁੱਲਾਂ ਦੀ ਵਰਖਾ ਦੇਖੋ ਕਿਸ ਤਰੀਕੇ ਦੇ ਨਾਲ ਇਸ ਵੇਲੇ ਸਵਾਗਤ ਕੀਤਾ ਜਾ ਰਿਹਾ ਹੈ। ਤਾਂ ਇਹ ਤਸਵੀਰ ਤੁਹਾਨੂੰ ਅਸੀਂ ਅੰਮ੍ਰਿਤਸਰ ਤੋਂ ਦਿਖਾ ਰਹੇ ਹਾਂ। ਤਾਂ ਗੁਰਜੀਤ ਔਜਲਾ ਇਸ ਵੇਲੇ ਜਿਹੜੇ ਨੇ ਪ੍ਰੋਫੈਸਰ ਦਰਬਾਰੀ ਲਾਲ ਹੋਰਾਂ ਨੂੰ ਮਿਲਦੇ ਨਜ਼ਰ ਆ ਰਹੇ ਨੇ ਔਰ ਵੱਡਾ ਨਾਮ ਹੈ ਪੰਜਾਬ ਦੀ ਸਿਆਸਤ 'ਤੇ ਗੱਲ ਕੀਤੀ ਜਾਵੇ ਤਾਂ ਤੀਜੀ ਵਾਰ ਚੋਣ ਲੜ ਰਹੇ ਸਾਂਸਦ ਜਿਹੜੇ ਨੇ ਉਹ ਇਸ ਵੇਲੇ ਨਜ਼ਰ ਆ ਰਹੇ ਨੇ ਔਰ ਤੁਸੀਂ ਵੇਖੋ ਕਿਸ ਤਰੀਕੇ ਦੇ ਨਾਲ ਉਹਨਾਂ ਦਾ ਸਵਾਗਤ ਇੱਥੇ ਕੀਤਾ ਜਾ ਰਿਹਾ, ਉਹਦੀ ਤਸਵੀਰ ਤੁਹਾਨੂੰ ਲਗਾਤਾਰ ਸਾਂਝੀ ਕਰ ਰਹੇ ਹਾਂ। ਸਾਡੇ ਨਾਲ ਹੋਰ ਵੀ ਕਾਂਗਰਸੀ ਆਗੂ ਮੌਜੂਦ ਨੇ ਤਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਆਖਿਰਕਾਰ ਕੀ ਕਹਿਣਾ ਉਹਨਾਂ ਦਾ ਅੱਜ ਇਸ ਰੋਡ ਸ਼ੋਅ ਜੋ ਕਿ ਇੱਕ ਵੱਡਾ ਰੋਡ ਸ਼ੋਅ ਇਸ ਵੇਲੇ ਤੁਸੀਂ ਆਪਣੀ ਟੀਵੀ ਸਕਰੀਨ 'ਤੇ ਵੇਖ ਰਹੇ ਹੋ ਔਰ ਜਿਸ ਤਰੀਕੇ ਦੇ ਨਾਲ ਪੈਦਲ ਮਾਰਚ ਕੱਢਿਆ ਜਾ ਰਿਹਾ ਹੈ ਉਹ ਇੱਕ ਆਪਣੇ ਆਪ ਦੇ ਵਿੱਚ ਅਲੱਗ ਦਿੱਖ ਦੇ ਰਿਹਾ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਲੋਕ ਜਿਹੜੇ ਉਮੜੇ ਨੇ
ਇੱਕ ਵੱਡਾ ਰੋਡ ਸ਼ੋਅ, ਇੱਕ ਵੱਡਾ ਸ਼ਕਤੀ ਪ੍ਰਦਰਸ਼ਨ ਜਿਹੜਾ ਹੈ ਇਸ ਵੇਲੇ ਕਾਂਗਰਸ ਪਾਰਟੀ ਦਾ ਹੁੰਦਾ ਨਜ਼ਰ ਆ ਰਿਹਾ ਹੈ। ਲੋਕਾਂ ਨਾਲ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਜੋ ਇਸ ਵੇਲੇ ਹਾਲਾਤ ਨੇ ਉਹ ਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤਾਂ ਇਹ ਤਸਵੀਰ ਤੁਹਾਨੂੰ ਅਸੀਂ ਅੰਮ੍ਰਿਤਸਰ ਤੋਂ ਸਾਂਝੀ ਕਰ ਰਹੇ ਹਾਂ। ਤਾਂ ਤਸਵੀਰਾਂ ਰਾਹੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਸ ਵੇਲੇ ਇੱਕ ਹਯੂਮ ਜਿਹੜਾ ਹੈ ਉਹ ਇਸ ਵੇਲੇ ਸੜਕਾਂ ਤੋਂ ਉਤਰ ਕੇ ਨਜ਼ਰ ਆ ਰਿਹਾ ਹੈ। ਅਤੇ ਸਾਂਸਦ ਗੁਰਜੀਤ ਸਿੰਘ ਔਜਲਾ ਜਿਹੜੇ ਨੇ ਇਸ ਵੇਲੇ ਆਪਣਾ ਨਾਮਾਂਕਣ ਪੱਤਰ ਦਾਖਲ ਕਰਨ ਵਾਸਤੇ ਜਾ ਰਹੇ ਨੇ। ਤਾਂ ਉਹਨਾਂ ਨਾਲ ਸਿਕਿਉਰਿਟੀ ਵੀ ਹੈ, ਹੋਰ ਵੀ ਜਿਹੜੇ ਲੀਡਰ ਸਾਹਿਬਾਨ ਨੇ ਉਹ ਵੀ ਮੌਜੂਦ ਨੇ। ਤਾਂ ਵੱਡਾ ਕਾਫਲਾ ਇਸ ਵੇਲੇ ਤੁਸੀਂ ਦੇਖੋਗੇ ਗੁਰਜੀਤ ਔਜਲੇ ਦਾ ਨਜ਼ਰ ਆ ਰਿਹਾ ਹੈ। ਤਾਂ ਸਾਡੇ ਨਾਲ ਕੁਛ ਲੋਕ ਮੌਜੂਦ ਨੇ। ਭਾਈ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਇਸ ਰੋਡ ਸ਼ੋਅ ਬਾਰੇ, ਕੀ ਕਹੋਗੇ, ਕਿਸ ਤਰ੍ਹਾਂ ਦਾ ਲੱਗ ਰਿਹਾ ਜੀ? ਬਸ ਕਾਂਗਰਸ ਦੀ ਜਿੱਤ ਹੈ ਜੀ, ਐਲਾਨ ਹੋਣਾ ਬਾਕੀ ਆ। ਬਹੁਤ ਵਧੀਆ, ਬਹੁਤ ਜੋਸ਼ ਆ, ਹਰ ਵਰਕਰ ਦੇ ਵਿੱਚ ਬਹੁਤ ਜੋਸ਼ ਹੈ ਔਰ ਤੁਸੀਂ ਦੇਖ ਹੀ ਸਕਦੇ ਹੋ ਸਾਰੀ ਲੀਡਰਸ਼ਿਪ ਨੇ ਅੱਜ ਜਿਹੋ ਜਿਹਾ ਇਕੱਠ ਦਿਖਾਇਆ ਔਰ ਖਾਸ ਕਰਕੇ ਵਰਕਰਾਂ ਨੇ ਜਿਹੜੀ ਕਾਂਗਰਸ ਦੀ ਰੀੜ੍ਹ ਖੁੱਲ੍ਹ ਕੇ ਬਾਹਰ ਆਏ। ਜਿੰਨੀ ਮਰਜ਼ੀ ਗਰਮੀ ਆ ਅੱਜ ਇਲੈਕਸ਼ਨ ਦੇ ਵਿੱਚ ਗਰਮੀ ਭਰ ਦਿੱਤੀ ਆ ਸਾਡੇ ਸਾਥੀਆਂ। ਬਿਲਕੁਲ, ਤੁਹਾਡੇ ਨਾਲ ਹੋਰ ਵੀ ਲੋਕ ਸਰ ਕੀ ਕਹਿਣਾ ਚਾਹੋਗੇ ਇਸ ਵਾਰ ਇਲੈਕਸ਼ਨ ਅੱਜ ਵੱਡਾ ਰੋਡ ਸ਼ੋਅ ਕੱਢਿਆ, ਵੱਡਾ ਸ਼ਕਤੀ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ? ਇਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਕਿਰਪਾ ਵਾ, ਲੋਕਾਂ ਦਾ ਪਿਆਰ ਹੈ ਗੁਰੂ ਨਗਰੀ ਦੇ ਨਾਲ, ਜਿਹੜਾ ਔਜਲਾ ਸਾਹਿਬ ਨਾਲ ਨਿੱਜੀ ਪਿਆਰ ਆ, ਇਹ ਉਹ ਕਮਾਈ ਆ ਇੱਕ ਜਿਹੜੀ ਉਹਨਾਂ ਨੇ ਇੱਕ ਜ਼ਬਾਨ ਦਾ ਰਸ ਸੀ ਕਮਾਇਆ, ਉਹ ਪਿਆਰ ਆ ਜੀ। ਲੋਕੀ ਤਾਂ ਕਹਿੰਦੇ ਕੁਛ ਵੀ ਨਹੀਂ ਹੋਏਗਾ ਜੀ, ਸੱਚੇ ਪਾਤਸ਼ਾਹ ਕਿਰਪਾ ਕਰਨ, 4 ਤਰੀਕ ਨੂੰ ਰਿਜ਼ਲਟ ਬਹੁਤ ਵਧੀਆ ਆਊਗਾ। ਅਸੀਂ ਕਿਸੇ ਬਾਰੇ ਮਾੜਾ ਨਹੀਂ ਕਹਿਣਾ, ਸਾਡੇ ਕੰਮ ਜਿਹੜੇ ਉਹੀ ਬੋਲਣਗੇ। ਬਿਲਕੁਲ, ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਲੰਬਾ ਵੱਡਾ ਰੋਡ ਸ਼ੋਅ ਜਿਹੜਾ ਕੱਢਿਆ ਜਾ ਰਿਹਾ ਹੈ, ਉਹਦੀ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਹਾਂ। ਐਮਪੀ ਸਾਹਿਬ, ਜਿਹੜਾ ਪਿਆਰ ਮਿਲਿਆ ਦੇ ਬਾਰੇ ਕੀ ਕਹਿਣਾ ਚਾਹੋਗੇ, ਜਿਸ ਤਰ੍ਹਾਂ ਦਾ ਅੱਜ ਹਿਊਮ ਦੇਖਣ ਨੂੰ ਮਿਲਿਆ? ਰੱਬ ਦਾ ਸ਼ੁਕਰਾਨਾ, ਰੱਬ ਦਾ ਸ਼ੁਕਰਾਨਾ, ਗੁਰੂ ਰਾਮਦਾਸ ਜੀ ਦਾ, ਪਵਿੱਤਰ ਸਰੋਵਰਾਂ ਦਾ ਸ਼ੁਕਰਾਨਾ, ਜਿਨ੍ਹਾਂ ਨੇ ਇਹ ਸਭ ਕਾਰਜ ਕਰ ਰਹੇ ਨੇ ਔਰ ਮੈਂ ਧੰਨਵਾਦ ਕਰਦਾ ਸਭਨਾਂ ਦਾ, ਵਰਕਰ ਸਾਹਿਬਾਨ ਦਾ, ਸੀਨੀਅਰ ਲੀਡਰ ਸਾਹਿਬਾਨ ਦਾ, ਜਿਹੜੇ ਲੋਕ ਅੱਜ ਇਸ ਸਮੇਂ ਇੱਕ ਸਾਰਥੀ ਬਣੇ ਨੇ ਔਰ ਅੱਜ ਅਸੀਂ ਪੇਪਰ ਨੋਮੀਨੇਸ਼ਨ ਕਰ ਰਹੇ ਹਾਂ। ਵੱਡੇ ਲੀਡਰਾਂ ਦਾ ਸਹਿਯੋਗ ਮਿਲ ਰਿਹਾ, ਕੀ ਕਹਿਣਾ ਚਾਹੋਗੇ? ਇਹ ਇਹਨਾਂ ਦੀ ਇਲੈਕਸ਼ਨ ਹੈ ਜੀ, ਕਿਉਂਕਿ ਕਾਂਗਰਸ ਪਾਰਟੀ ਹਮੇਸ਼ਾ ਹੀ ਸੈਕੂਲਰ ਥੌਟ ਨਾਲ ਚੱਲੀ ਹੈ, ਸੰਵਿਧਾਨ ਦੀ ਲੜਾਈ ਹਮੇਸ਼ਾ ਲੜੀ ਹੈ, ਅੱਜ ਲੀਡਰ ਤੋਂ ਲੈ ਕੇ ਵਰਕਰ ਤੋਂ ਲੈ ਕੇ ਲੀਡਰ ਤੱਕ ਸਾਰੀ ਲੜਾਈ ਲੜ ਰਹੇ ਹਾਂ। ਲੋਕ ਉਮੜੇ ਨੇ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਬਹੁਤ ਵੱਡਾ ਇੱਕ ਰੋਡ ਸ਼ੋਅ ਸੀ, ਇਹ ਪਿਆਰ ਹੈ, ਇਹ ਮੁਹੱਬਤ ਹੈ ਔਰ ਇਹ ਆਉਣ ਵਾਲੇ ਦਿਨਾਂ ਦੀ ਨਿਸ਼ਾਨੀ ਹੈ 4 ਤਰੀਕ ਦੀ। ਅੱਜ ਇੱਕ ਤਰ੍ਹਾਂ ਦਾ ਫਾਈਨਲ ਰਿਜ਼ਲਟ ਜਿਹੜਾ ਹੈ, ਹੁਣ ਫਾਈਨਲ ਪੇਪਰ ਹੋ ਗਿਆ, ਰਿਜ਼ਲਟ ਆਣਾ ਬਾਕੀ ਹੈ। ਬਸ ਉਹ ਤੁਹਾਨੂੰ ਪਤਾ ਹੀ ਹੈ ਸਾਰਾ। ਬੜਾ ਵੱਡਾ ਉਤਸ਼ਾਹ ਕਾਂਗਰਸੀਆਂ ਚ, ਕਾਂਗਰਸ ਲੀਡਰ ਔਰ ਵਰਕਰਾਂ ਚ ਹੈ। ਮੈਂ ਸਮਝਦਾ ਕਿ ਪੰਜਾਬ ਚ, ਸਿਰਫ ਅੰਮ੍ਰਿਤਸਰ ਨਹੀਂ, ਪੰਜਾਬ ਚ 13 ਦੀ 13 ਸੀਟਾਂ ਜਿਹੜੀ ਕਾਂਗਰਸ ਜਿੱਤਣ ਜਾ ਰਹੀ ਹੈ, ਰਾਹੁਲ ਗਾਂਧੀ ਜੀ ਆਉਣ ਵਾਲੇ ਸਾਡੇ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ। ਚਲੋ ਉਹ ਲੱਗ ਜਾਏਗਾ 13-0, ਆਪ ਹੀ ਕਹਿ ਰਹੇ ਨੇ, ਅਸੀਂ ਆਪ ਹੀ ਕਹਿ ਰਹੇ 13-0 ਹੀ ਹੈ, 13 ਕਾਂਗਰਸ ਆ ਰਹੀ ਹੈ, 0 ਬਾਕੀ ਸਾਰੀਆਂ ਨੇ। ਤੁਸੀਂ ਇਸ ਵੇਲੇ ਦੇਖ ਸਕਦੇ ਹੋ ਆਪਣੀ ਟੀਵੀ ਸਕਰੀਨ ਤੇ ਕਿ ਕਿਸ ਤਰੀਕੇ ਦੇ ਨਾਲ ਇਸ ਵੇਲੇ ਨਾਮਾਂਕਣ ਪੱਤਰ ਭਰਨ ਦਾ ਦੌਰ ਜਾਰੀ ਹੈ। ਤਾਂ ਵਰਕਰਾਂ ਦਾ ਧੰਨਵਾਦ ਕਰਦੇ ਨਜ਼ਰ ਆ ਰਹੇ ਗੁਰਜੀਤ ਔਜਲਾ। ਪੱਤਰ ਭਰਨ ਤੋਂ ਬਾਅਦ ਸਾਂਸਦ ਗੁਰਜੀਤ ਸਿੰਘ ਔਜਲਾ, ਐਮਪੀ ਸਾਹਿਬ, ਅੱਜ ਕਿੱਦਾਂ ਦਾ ਉਤਸ਼ਾਹ ਇਸ ਵੇਲੇ ਜਿਹੜੇ ਵਰਕਰਾਂ ਦੀ ਗੱਲ ਕੀਤੀ ਜਾਵੇ? ਜਿੰਨਾ ਮੀਡੀਆ 'ਚ ਉਤਸ਼ਾਹ ਆ, ਇਹ ਤੋਂ ਜ਼ਿਆਦਾ ਵਰਕਰਾਂ 'ਚ ਉਤਸ਼ਾਹ ਆ, ਅਤੇ ਤੁਹਾਡੇ ਉਤਸ਼ਾਹ ਤੋਂ ਪਤਾ ਲੱਗਦਾ ਆਮ ਲੋਕਾਂ 'ਚ ਬਹੁਤ ਵੱਡਾ ਉਤਸ਼ਾਹ ਹੈ। ਸੋ ਮੈਂ ਅੱਜ ਦੇ ਇਸ ਉਮੀਦਵਾਰ ਨਾਮਾਂਕਣ ਪੱਤਰ ਭਰਨ ਸਮੇਂ ਜਿਹੜੇ ਸਾਡੇ ਵਰਕਰ ਸਾਹਿਬਾਨ, ਆਮ ਲੋਕ, ਸੀਨੀਅਰ ਲੀਡਰ ਸਾਹਿਬਾਨ ਆਏ ਸੀ, ਮੈਂ ਪਹਿਲੀ ਗੱਲ ਤੋਂ ਉਹਨਾਂ ਸਭਨਾਂ ਦਾ ਧੰਨਵਾਦ ਕਰਦਾ। ਅੱਜ ਅਸੀਂ ਲੋਕਤੰਤਰ ਦਾ ਜਿਹੜਾ ਸਭ ਤੋਂ ਵੱਡਾ ਦੰਗਲ ਭਾਰਤ ਦੇ ਵਿੱਚ ਚੱਲ ਰਿਹਾ ਚੋਣਾਂ ਦਾ, ਔਰ ਉਹਦੀ ਉਮੀਦਵਾਰੀ ਦੇ ਕਾਗਜ਼ ਭਰੇ ਨੇ ਇੰਡੀਅਨ ਨੈਸ਼ਨਲ ਕਾਂਗਰਸ ਤੋਂ, ਔਰ ਜਿਹੜੀ ਦੇਸ਼ ਕੌਮ ਦੀ ਸੇਵਾ ਆ
ਔਰ ਜਿਹੜੀ ਕਸਮ ਖਾਧੀ ਹੈ ਕਿ ਸੰਵਿਧਾਨ ਦੇ ਅਧਿਕਾਰਾਂ ਦੇ ਰਹਿਤ ਕੀਤੀ ਜਾਊਗੀ। ਔਰ ਇਹ ਜਿਹੜੀ ਇਲੈਕਸ਼ਨ ਹੈ ਇਹ ਦੇਸ਼ ਦੇ ਵਿੱਚ ਇੱਕ ਨਵੀਂ ਸਰਕਾਰ ਬਣਾਉਣ ਜਾਏਗੀ ਔਰ ਨਵੀਂ ਸਰਕਾਰ ਅਸੀਂ ਬਣਾਵਾਂਗੇ। ਕੁਲਦੀਪ ਧਾਲੀਵਾਲ ਵੱਡਾ ਦਾਅਵਾ ਕਰਦੇ ਨੇ, ਕਹਿੰਦੇ 2 ਲੱਖ ਤੋਂ ਵੀ ਜ਼ਿਆਦਾ ਲੱਖ ਜਿਹੜਾ ਜਿੱਤ ਕੇ ਜਾਵਾਂਗਾ ਅੰਮ੍ਰਿਤਸਰ। ਮੇਰਾ ਖਿਆਲ ਹੈ ਇਹ ਨਜੂਮੀ ਬੁੜਾ ਨਹੀਂ ਕਰਨਾ ਚਾਹੀਦਾ, ਆਪਣੇ ਆਪ ਨੂੰ ਬੰਦੇ ਨੂੰ ਪਤਾ ਹੁੰਦਾ ਕਿੱਥੇ ਕੀ ਹੈ। ਹੁਣ ਜਿਹੜਾ ਬੰਦਾ ਖੁਆਬ ਵੇਖਦਾ ਹੋਵੇ ਉਹਦਾ ਕੀ ਹੱਲ ਕੀਤਾ ਜਾ ਸਕਦਾ। ਮੇਰਾ ਖਿਆਲ ਟੋਟਲ ਵੋਟ ਗਿਣਦੇ ਨੇ ਵੀ ਟੋਟਲ ਵੋਟ 2.5 ਲੱਖ ਉਹਦੇ 'ਚ ਕਿੰਨੀ ਕੁ ਉਹਨਾਂ ਨੂੰ ਮਿਲਣੀ ਹੈ ਪਤਾ ਨਹੀਂ। ਅਕਾਲੀ ਦਲ ਨੂੰ ਕਿਵੇਂ ਵੇਖਦੇ ਹੋ? ਅਕਾਲੀ ਦਲ ਬਹੁਤ ਚੈਲੰਜ ਕਰ ਰਿਹਾ ਇਸ ਵੇਲੇ, ਪੰਥਕ ਜਮਾਤ ਹੈ। ਅੱਛਾ, ਅਕਾਲੀ ਦਲ ਨੂੰ ਕਿਵੇਂ ਵੇਖਦੇ ਹੋ ਜੀ? ਬੜਾ ਚੈਲੰਜ ਕਰ ਰਹੇ ਹੋ, ਕਹਿੰਦੇ ਕਿ ਅਸੀਂ ਸੀਟਾਂ ਜਿੱਤਣੀਆਂ। ਦੇਖੋ ਅੱਜ ਤੁਸੀਂ ਆਜ਼ਾਦ ਉਮੀਦਵਾਰ ਨੂੰ ਪੁੱਛ ਲਓਗੇ ਉਹਨੇ ਕਹਿਣਾ ਮੈਂ ਜਿੱਤ ਰਿਹਾ। ਅਕਾਲੀ ਦਲ ਮੇਰਾ ਖਿਆਲ ਹੈ ਜਿਸ ਤਰੀਕੇ ਦੇ ਨਾਲ ਡਿਕਲਾਈਨ ਹੋ ਰਿਹਾ ਉਹਨੂੰ ਐਡੀ ਵੱਡੀ ਉਮੀਦ ਰੱਖਣੀ ਨਹੀਂ ਚਾਹੀਦੀ। ਹਰ ਚੀਜ਼ ਦਾ ਇੱਕ ਸਮਾਂ ਹੁੰਦਾ, ਸਮਾਂ ਰਹਿੰਦੇ ਉਹਨਾਂ ਨੇ ਕੋਈ ਵੀ ਚੀਜ਼ ਪ੍ਰੈਸ ਨਹੀਂ ਕੀਤੀ ਸਹੀ ਤਰੀਕੇ ਨਾਲ। ਉਹੀ ਕਾਰਨ ਅੱਜ ਸਮੁੱਚੇ ਪੰਜਾਬ ਦੇ ਵਿੱਚ ਉਹਨਾਂ ਵਿਰੁੱਧ ਬਹੁਤ ਗੁੱਸਾ ਆ, ਔਰ ਇਹੀ ਕਾਰਨ ਹੈ ਕਿ ਉਹਨਾਂ ਦੇ ਲੀਡਰ ਵੀ ਸਾਹਿਬਾਨ ਵੀ ਮਤਲਬ ਦੂਜੀਆਂ ਪਾਰਟੀਆਂ 'ਚ ਸ਼ਿਫਟ ਹੋ ਰਹੇ ਨੇ, ਔਰ ਪਿੱਛੇ ਕੋਈ ਲੀਡਰਸ਼ਿਪ ਵੀ ਐਡੀ ਵੱਡੀ ਉਹਨਾਂ ਕੋਲ ਹੈ ਨਹੀਂ। ਪਰ ਜਿਸ ਤਰੀਕੇ ਨਾਲ ਨੈਸ਼ਨਲ ਲੀਡਰ ਕਿਹੜੇ ਆ ਰਹੇ ਨੇ, ਦੇਖੋ ਕਾਫੀ ਲੀਡਰ ਜਿਹੜੀ ਹੈ ਸਟਾਰ ਕੰਪੇਨ ਦੀ, ਮੇਰਾ ਖਿਆਲ ਤਾਂ 2-3 ਦਿਨ ਤੱਕ ਅਸੀਂ ਕਲੀਅਰ ਕਰ ਦਿਆਂਗੇ ਕੌਣ ਕੌਣ ਆਉਣਗੇ। ਨੌਜਵਾਨ ਲੀਡਰ ਵੀ ਆਉਣਗੇ ਔਰ ਜਿਹੜੇ ਵੱਡੇ ਸਿਆਸਤਦਾਨ ਨੇ ਉਹ ਵੀ ਆਉਣਗੇ, ਹਰ ਤਰ੍ਹਾਂ ਦਾ ਕਾਂਗਰਸ ਵਰਕਰ ਤੋਂ ਲੈ ਕੇ ਸੀਨੀਅਰ ਲੀਡਰ ਜਿਹੜਾ ਤੁਹਾਨੂੰ ਆਉਣ ਵਾਲੇ। ਤਰਨਜੀਤ ਸਿੰਘ ਸੰਧੂ ਦਾ ਅਮਰੀਕਾ ਮਾਡਲ ਹੈ, ਉਹਦੇ ਨਾਲ ਕਿਵੇਂ ਇੱਕ ਗੁਰਜੀਤ ਔਜਲਾ ਲੜ ਪਾਏਗਾ? ਮੈਂ ਤਿੰਨੇ ਉਮੀਦਵਾਰਾਂ ਨੂੰ ਸ਼ੁਭ ਕਾਮਨਾਵਾਂ ਦਿੰਦਾ, ਪਰ ਮੈਂ ਸ਼ੁਭ ਕਾਮਨਾਵਾਂ ਦਿੰਦਾ ਤਿੰਨਾਂ ਨੂੰ। ਅੰਮ੍ਰਿਤਸਰ ਦੀ ਗੰਭੀਰਤਾ ਨੂੰ ਸਮਝੋ, ਸੱਚੀ ਸੁੱਚੀ ਰਾਜਨੀਤੀ ਕਰੋ, ਔਰ ਇਹ ਗੱਲ ਲੋਕਾਂ ਨੇ ਤੈਅ ਕਰਨੀ 1 ਤਰੀਕ ਨੂੰ ਆਪਣਾ ਪ੍ਰਚਾਰ ਹਰ ਗੱਲ ਨੂੰ ਇਹ ਸ਼ਹਿਰ ਦੀ ਮਰਿਆਦਾ ਨੂੰ ਸਮਝਦੇ ਹੋਏ ਸੱਚ ਦੇ ਆਧਾਰ 'ਤੇ ਕਰੋ। ਕਿਉਂਕਿ ਜਦੋਂ ਇੱਕ ਬਹੁਤ ਵੱਡੇ ਲੀਡਰ ਸਾਹਿਬਾਨ ਝੂਠ ਮਾਰਦੇ ਆ ਅਤੇ ਗਲਤ ਗੱਲਾਂ ਕਰਦੇ ਆ ਉਹਦਾ ਅਸਰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ 'ਤੇ ਜਾਂਦਾ ਹੈ। ਸਿੱਧੂ ਸਾਹਿਬ ਮੇਰਾ ਖਿਆਲ ਹੈ ਕਿ 2 ਦਿਨ ਦੇ ਵਿੱਚ ਤੁਹਾਡੇ ਕੋਲ ਮੇਰਾ ਖਿਆਲ ਹੈ ਵਧਾਉਣਗੇ ਹੀ, ਲੋਕ ਘਟਾਉਂਦੇ ਨੇ ਵਧਾਉਣਗੇ। ਇਹ ਜਿਹੜਾ ਵਿਕਾਸ ਹੈ ਉਹਨਾਂ ਨੂੰ 4 ਤਰੀਕ ਨੂੰ ਨਜ਼ਰ ਆਏਗਾ, ਐਡਵਾਂਸ ਤਾਂ ਹੁਣ ਇੰਨਾ ਨਹੀਂ ਵਿਖਾਇਆ ਜਾ ਸਕਦਾ। ਇਹ ਤਾਂ ਮੈਂ ਕਹਿ ਰਿਹਾ ਵੀ ਜਿਹੜੀ ਚੀਜ਼ ਕਿਸੇ ਨੂੰ ਸਮਝ ਨਹੀਂ ਆਈ ਉਹਦਾ ਕੀ ਕਰਾਂ। ਉਹਨਾਂ ਨੇ ਜਿਹੜੀ ਆਪਣੀ ਰਾਜਨੀਤੀ ਹੈ ਉਹ ਇੱਕ ਬਹੁਤ ਵੱਡੇ ਅਹੁਦੇ ਤੋਂ ਆ ਕੇ ਇੱਦਾਂ ਸ਼ੁਰੂ ਕੀਤੀ ਹੈ, ਉਹਨਾਂ ਨੂੰ ਕਿਸੇ ਦੀ ਮੁਸ਼ਕਿਲਾਂ ਦਾ ਪਤਾ ਨਹੀਂ ਹੈਗਾ, ਉਹਦਾ ਕੋਈ ਹੱਲ ਮੈਂ ਨਾ ਜੀ ਆਇਆਂ ਨੂੰ ਮੇਰੀ ਇੱਕ ਹੀ ਬੇਨਤੀ ਹੈ ਇਹ ਨਾਲ ਤਾਂ ਬੰਦ ਹੋ ਜਾਣਾ। 4/2/2024 ਦਾ ਇੱਥੋਂ ਪ੍ਰੋਜੈਕਟ ਬਣ ਕੇ ਡੀਸੀ ਸਾਹਿਬ ਤੋਂ ਗਿਆ, ਪਰ ਮੈਂ ਇੱਕ ਗੱਲ ਇਹਨਾਂ ਨੂੰ ਕਹਿਣਾ ਚਾਹੁੰਦਾ ਇਹ ਨਾਲੇ ਤਾਂ ਬੰਦ ਹੋ ਜਾਣੇ ਆ, ਆਪਣੇ ਅੰਦਰ ਵਾਲੇ ਗੰਦੇ ਨਾਲੇ ਕਿੱਦਾਂ ਬੰਦ ਕਰਨੇ ਉਹਦਾ ਸੋਚੋ। ਉਹਦਾ ਪ੍ਰਬੰਧ 1 ਤਰੀਕ ਨੂੰ ਲੋਕਾਂ ਨੇ ਤੁਹਾਡਾ ਕਰਨਾ, ਆਪਣੇ ਅੰਦਰ ਜਿਹੜੇ ਹੱਥੇ ਗੰਦੇ ਨਾਲੇ ਆ, ਚਾਹੇ ਉਹ 'ਚ ਲਾਅ ਐਂਡ ਆਰਡਰ ਹੈ, ਚਾਹੇ ਡਰੱਗ ਦੀ ਸਮੱਸਿਆ ਹੈ, ਚਾਹੇ ਉਹ 'ਚ ਭ੍ਰਿਸ਼ਟਾਚਾਰ ਹੈ, ਚਾਹੇ ਉਹਦੇ 'ਚ ਮਤਲਬ ਝੂਠ ਮਾਰਨ ਦੀ ਪ੍ਰਕਿਰਿਆ ਹੈ,
ਚਾਹੇ ਪੰਜਾਬ ਨੂੰ ਲੁੱਟਣ ਦੀ ਪ੍ਰਕਿਰਿਆ ਹੈ, ਜਿਹੜੇ ਅੰਦਰ ਗੰਦੇ ਵਾਲੇ ਲੱਗਦੇ ਨਾਲੇ ਵਗਦੇ ਹੈ ਨਾ, ਉਹਨਾਂ ਬਾਰੇ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਤੁਹਾਡੇ ਮਾਧਿਅਮ ਜੀ 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 ਮੈਂ ਇੱਕ ਗੱਲ ਕਹਿਣੀ ਚਾਹੁੰਦਾ ਜੀ ਕਿ ਦੋਨੋਂ ਜਿਹੜੇ ਉਮੀਦਵਾਰ ਨੇ, ਇੱਕ ਮੌਜੂਦਾ ਮੰਤਰੀ ਨੇ, ਇੱਕ ਸਾਬਕਾ ਮੰਤਰੀ ਨੇ, ਉਹ ਦਿਲ 'ਤੇ ਹੱਥ ਰੱਖ ਕੇ ਸਾਰੇ ਮੀਡੀਆ ਸਾਹਮਣੇ, ਕਿਉਂਕਿ ਵਿਧਾਨ ਸਭਾ ਚੁਣ ਕੇ ਭੇਜਿਆ, ਇੱਕ ਸਾਹਿਬ ਦੋ ਦਸ ਸਾਲ ਰਹੇ ਨੇ, ਇੱਕ 2 ਸਾਲ ਹੋ ਗਏ, ਕੋਈ ਇੱਕ ਦੋ ਵੀਡੀਓ ਲੋਕਾਂ ਦੇ ਅੱਗੇ ਰੱਖ ਦੇਣ ਜਿਹੜੀਆਂ ਵਿਧਾਨ ਸਭਾ 'ਚ ਉਹਨਾਂ ਨੇ ਅੰਮ੍ਰਿਤਸਰ ਦੀ ਕੋਈ ਮੁਸ਼ਕਲਾਤ ਰੱਖੀ ਹੋਵੇ। ਮੇਰਾ ਇੱਕ ਹੀ ਚੈਲੇਂਜ ਹੈ ਉਹਨਾਂ ਨੂੰ ਕਿ ਸੁੱਚੇ ਮੂੰਹ ਗਏ, ਸੁੱਚੇ ਮੂੰਹ ਆ ਗਏ, ਭ੍ਰਿਸ਼ਟਾਚਾਰ ਕਰ ਲਿਆ, ਗੁੰਡਾਗਰਦੀ ਕਰ ਲਈ, ਇੱਧਰ ਉੱਧਰ ਦੀਆਂ ਗੱਲਾਂ ਕਰਨੀਆਂ, ਇਹਦੇ ਨਾਲ ਲੋਕਾਂ ਦੇ ਮਸਲੇ ਨਹੀਂ ਹੱਲ ਹੋਣੇ। ਜਿਹੜੀ ਪੰਚਾਇਤ 'ਚ ਤੁਹਾਨੂੰ ਚੁਣ ਕੇ ਭੇਜਿਆ ਵਿਧਾਨ ਸਭਾ 'ਚ, ਮੇਰਾ ਚੈਲੇਂਜ ਹੈ ਇਹਨਾਂ ਲੋਕਾਂ ਨੂੰ ਕਿ ਇੱਕ ਦੋ ਵੀਡੀਓ ਪਾ ਦਿਓ, ਕਿ ਨਾਲ ਜਿਹੜੇ ਸਾਬਕਾ ਮੰਤਰੀ ਨੇ ਉਹ ਪੰਜਾਬ ਅੰਮ੍ਰਿਤਸਰ ਤੋਂ ਮਾਫ਼ੀ ਮੰਗਣ, ਸੈਂਟਰਲ ਯੂਨੀਵਰਸਿਟੀ ਔਰ ਏਮਸ ਜਿਹੜਾ ਵਾ ਔਰ ਵਰਲਡ ਕਲਾਸ ਯੂਨੀਵਰਸਿਟੀ ਅੰਮ੍ਰਿਤਸਰ ਦੇ ਪ੍ਰੋਜੈਕਟ ਜਿਹੜੇ ਡਾਕਟਰ ਮਨਮੋਹਨ ਸਿੰਘ ਨੇ ਦਿੱਤੇ ਸੀ ਅੰਮ੍ਰਿਤਸਰ 'ਚੋਂ ਬਾਹਰ, ਇਹਨਾਂ ਨੇ ਕੈਬਨਿਟ ਵਜ਼ੀਰੀਆਂ ਲੈਣ ਵਾਸਤੇ, ਇਹਨਾਂ ਨੇ ਭ੍ਰਿਸ਼ਟਾਚਾਰ ਕਰਨ ਵਾਸਤੇ, ਇਹਨਾਂ ਨੇ ਗੁੰਡਾਗਰਦੀ ਦਾ ਲਾਇਸੈਂਸ ਅਕਾਲੀ ਬੀਜੇਪੀ ਸਰਕਾਰ ਤੋਂ ਲਿਆ, ਅਤੇ ਸਾਨੂੰ 10,000 ਕਰੋੜ ਦਾ ਅੰਮ੍ਰਿਤਸਰ ਦਾ ਨੁਕਸਾਨ ਇਹਨਾਂ ਨੇ ਕੀਤਾ ਹੈ। ਇਹਨਾਂ ਕੋਲ ਦੋਵਾਂ ਸਵਾਲਾਂ ਦੇ ਜਵਾਬ ਦਿਓ, ਬਾਕੀ ਗੱਲ ਦਸ ਸਾਲ ਲੋਕਲ ਬਾਡੀ ਮਿਨਿਸਟਰ ਕੌਣ ਰਿਹਾ, ਉਹਨੂੰ ਪੁੱਛੋ ਗੰਦੇ ਨਾਲੇ ਕਿਉਂ ਨਹੀਂ ਬੰਦ ਹੋਏ। ਇਹ ਸਟੇਟ ਸਬਜੈਕਟ ਨੇ, ਇਹ ਲੋਕਲ ਬਾਡੀ ਦੇ ਸਬਜੈਕਟ ਨੇ, ਲੋਕਾਂ ਨੂੰ ਪਤਾ ਲੱਗ ਗਿਆ ਇਹ ਲੋਕਲ ਬਾਡੀ ਦੇ ਸਬਜੈਕਟ ਨੇ, ਤੁਸੀਂ ਗੰਦੇ ਨਾਲੇ ਅਤੇ ਡੰਪ ਕਿਉਂ ਨਹੀਂ ਬੰਦ ਕੀਤੇ? ਕੀ ਕੋਈ ਪ੍ਰੋਜੈਕਟ ਬਣਾ ਕੇ ਭੇਜਿਆ ਜੇ ਕੋਈ 1,000-2,000 ਕਰੋੜ ਦਾ ਜਿਹੜਾ ਤੁਹਾਨੂੰ ਪੈਸੇ ਨਹੀਂ ਮਿਲੇ? ਮੇਰਾ ਕੰਮ ਹੈ ਜਿੱਦਾਂ ਰੀਕੋ ਬ੍ਰਿਜ ਸੀ, ਉਹ ਕਾਰਪੋਰੇਸ਼ਨ ਨੇ ਪੈਸੇ ਦੇਣੇ ਸੀ, ਅਤੇ ਕਾਰਪੋਰੇਸ਼ਨ ਨੇ ਮੈਨੂੰ ਲਿਖ ਕੇ ਭੇਜਿਆ ਕਿ ਸਾਡੇ ਕੋਲ ਪੈਸੇ ਹੈ ਨਹੀਂ, ਪ੍ਰੋਜੈਕਟ ਬਣ ਗਿਆ, MP ਸਾਹਿਬ ਪੈਸੇ ਅਰੇਂਜ ਕਰਕੇ ਦਿਓ। ਮੈਂ 60 ਕਰੋੜ ਰੁਪਈਆ 1 ਮਹੀਨੇ 'ਚ ਅਰੇਂਜ ਕਰਕੇ ਦਿੱਤਾ। ਇਹ ਜਦੋਂ ਮੇਰੇ ਕੋਲ ਆਉਂਦੇ ਇਹਨਾਂ ਦੇ ਪ੍ਰੋਜੈਕਟ ਹੋ ਸਕਦੇ ਸੀ, ਪਰ ਇਹਨਾਂ ਨੇ ਸਿਵਾਏ ਆਪਣੇ ਵਪਾਰ ਤੋਂ, ਆਪਣੇ ਘਰ ਭਰਨ ਤੋਂ ਕੋਈ ਕੰਮ ਨਹੀਂ ਕੀਤਾ। ਬਾਕੀ ਮੈਂ ਤੁਹਾਨੂੰ ਕੱਲ੍ਹ ਕਹਿ ਦਿਆਂ, ਮੈਂ ਧੰਨਵਾਦ ਕਰਦਾ ਡਿਜੀਟਲ ਮੀਡੀਆ ਦਾ, ਅੱਜ ਦੇ ਯੁੱਗ ਦਾ, ਜਿਹੜਾ ਗੂਗਲ 'ਤੇ ਔਰ ਯੂਟਿਊਬ 'ਤੇ ਸਰਚ ਕਰਨ, ਮੈਂ ਲੋਕਾਂ ਨੂੰ ਬੇਨਤੀ ਕਰੂੰਗਾ ਇਹਨਾਂ ਦੇ ਨਾਂ ਪਾ ਕੇ, ਅਤੇ ਮੇਰਾ ਵੀ ਨਾਂ ਪਾ ਕੇ ਵੇਖਿਓ, ਤੁਹਾਨੂੰ ਪਤਾ ਲੱਗੂ ਮੈਂ ਕੀ ਕੀਤਾ। ਅਤੇ ਜਦੋਂ ਇਹਨਾਂ ਦੇ ਨਾਂ ਪਾਓਗੇ ਤਾਂ ਤੁਹਾਨੂੰ ਸਭ ਕੁਝ ਪਤਾ ਲੱਗ ਜੂਗਾ। ਅੱਜ ਕੋਈ ਕਿਸੇ ਨੂੰ ਝੂਠ ਨਹੀਂ ਮਾਰ ਸਕਦਾ, ਸਾਰੀ ਸੱਚਾਈ ਜਿਹੜੀ ਆ ਔਨਲਾਈਨ ਪਈ। ਪਰ ਉਹ ਕਹਿੰਦੇ ਕਿ ਮੈਂ ਜਿੱਥੇ ਜਾਣਾ ਵਿਕਾਸ ਵਿਕਾਸ ਕਰਦੇ ਆ, ਕਹਿੰਦੇ ਜੋਸ਼ੀ ਨੇ ਵਿਕਾਸ ਕੀਤਾ। ਮੇਰਾ ਲਾਸਟ ਗੱਲ ਹੈ ਜੀ, ਸੱਚ ਸੁਣੋ, ਸੱਚ ਚੁਣੋ।